ਬਹੁਤ ਮੰਦਭਾਗੀ ਘਟਨਾ ਹੈ ਔਰ ਉਸ ਸੋਚ ਦਾ ਪ੍ਰਗਟਾਵਾ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਦੇ ਖਿਲਾਫ ਪਨਪਦੀ ਰਹੀ ਹੈ ਔਰ ਹੋਰ ਵੀ ਦੁੱਖਦਾਈ ਗੱਲ ਹੈ ਕਿ ਇਹ ਸਮਾਗਮ ਪੰਜਾਬ ਦੇ ਵਿੱਚ ਹੋਇਆ ਅਤੇ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਇਜਾਜ਼ਤ ਦਿੱਤੀ ਇਹ ਇਸ ਦੀ ਵੱਧ ਤੋਂ ਵੱਧ ਨਿਖੇਧੀ ਕਰਨੀ ਚਾਹੀਦੀ ਹੈ ਦੂਸਰੀ ਗੱਲ ਕਿ ਮੈਂ ਸਰਦਾਰ ਤੇਜਪਾਲ ਸਿੰਘ ਮਾਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਟੇਜ ਉੱਤੋਂ ਉਸਦੀ ਕੀਤੀ ਟਿੱਪਣੀ ਦਾ ਬਕਾਇਦਾ ਜਵਾਬ ਦਿੱਤਾ ਪਰ ਜਦੋਂ ਉਹ ਜਵਾਬ ਦੇ ਰਹੇ ਸਨ ਸਟੇਜ ਤੋਂ ਉਸਦਾ ਮਾਈਕ ਬੰਦ ਕਰ ਦਿੱਤਾ ਗਿਆ ਅਤੇ ਵਿਰੋਧ ਵਿੱਚ ਬਾਕੀ ਸਿੱਖ ਵਿਦਵਾਨ ਥੱਲੇ ਪਬਲਿਕ ਵਿੱਚ ਆ ਕੇ ਬੈਠ ਗਏ ਪਰ ਸਟੇਜ 'ਤੇ ਬੈਠੇ ਲੋਕਾਂ ਨੂੰ ਸ਼ਰਮ ਨਾ ਆਈ ਕਿ ਜਦੋਂ ਇੱਕ ਕਮਿਊਨਿਟੀ ਦੇ ਸਾਰੇ ਲੋਕ ਥੱਲੇ ਬੈਠ ਗਏ ਹਨ ਔਰ ਇਹ ਕੋਸ਼ਿਸ਼ ਤਾਂ ਬੜੇ ਦਹਾਕਿਆਂ ਤੋਂ ਚੱਲ ਰਹੀ ਹੈ ਕਿ ਪੰਜਾਬੀ ਭਾਸ਼ਾ ਨੂੰ ਖਤਮ ਕੀਤਾ ਜਾਵੇ ਉਹਦੇ ਲਈ ਅਮਲੀ ਤੌਰ 'ਤੇ ਸਟੇਜ ਦੇ ਉੱਤੇ ਇਹ ਗੱਲ ਪਹਿਲੀ ਵਾਰੀ ਸਾਹਮਣੇ ਨਹੀਂ ਆਈ ਪਹਿਲਾਂ ਵੀ ਕਈ ਵਾਰੀ ਇਹ ਗੱਲ ਆ ਚੁੱਕੀ ਹੈ ਲੇਕਿਨ ਇਸ ਦੇ ਪੰਜਾਬੀ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਤਾਂ ਨਿਰੰਤਰ ਜਾਰੀ ਹਨ ਸਕੂਲਾਂ ਦੇ ਵਿੱਚ ਪੰਜਾਬੀ ਦਾ ਵਿਸ਼ਾ ਕੰਪਲਸਰੀ ਹੋਣਾ ਚਾਹੀਦਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਕਿਉਂਕਿ ਪੰਜਾਬ ਸਟੇਟ ਬਣਿਆ ਹੀ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਪਰ ਸੀ ਜਦ ਪੂਰੇ ਹਿੰਦੁਸਤਾਨ ਪੂਰੇ ਭਾਰਤ ਦੇ ਬਾਕੀ ਸਾਰੇ ਸਟੇਟਾਂ ਦੇ ਵਿੱਚ ਉਹਨਾਂ ਦੀ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ ਉਸੇ ਤਰੀਕੇ ਨਾਲ ਪੰਜਾਬ ਵਿੱਚ ਚਾਹੇ ਕ੍ਰਿਸ਼ਨਾ ਦੇ ਸਕੂਲ ਹਨ ਚਾਹੇ ਖਾਲਸਾ ਪਬਲਿਕ ਸਕੂਲ ਹਨ ਚਾਹੇ ਕਿਸੇ ਹੋਰ ਕਮਿਊਨਿਟੀ ਦੇ ਸਕੂਲ ਹਨ ਚਾਹੇ ਡੀ ਏ ਵੀ ਸਕੂਲ ਅਤੇ ਕਾਲਜ ਹਨ ਚਾਹੇ ਸਰਕਾਰੀ ਸਕੂਲ ਹਨ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਦਾ ਵਿਸ਼ਾ ਇੱਕ ਕੰਪਲਸਰੀ ਵਿਸ਼ਾ ਹੋਣਾ ਚਾਹੀਦਾ ਪਰ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਨੀਤਾਂ ਹਮੇਸ਼ਾ ਹੀ ਖਰਾਬ ਰਹਿੰਦੀਆਂ ਨੇ ਔਰ ਉਹ ਚਾਹੁੰਦੇ ਹਨ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਹੌਲੀ ਹੌਲੀ ਅਲੋਪ ਕਰ ਦਿੱਤਾ ਜਾਵੇ ਔਰ ਇਸ ਘਟਨਾ ਦੇ ਨਾਲ ਉਹਨਾਂ ਦੀ ਜਿਹੜੀ ਅੰਦਰ ਨੀਅਤ ਸੀ ਉਹ ਉਜਾਗਰ ਹੋਈ ਹੈ ਇਹਦੇ ਉੱਤੇ ਉਹ ਲੋਕ ਲਗਾਤਾਰ ਕੰਮ ਕਰ ਰਹੇ ਹਨ ਸਵਾਲ ਹੈ ਕਿ ਹੁਣ ਸਾਡੇ ਸਿੱਖ ਵਿਦਵਾਨਾਂ ਦਾ ਜਾਂ ਸਿੱਖ ਲੀਡਰਸ਼ਿਪ ਦਾ ਕੀ ਫਰਜ਼ ਬਣਦਾ ਜਾਂ ਸਿੱਖ ਮਾਤਾ ਪਿਤਾ ਦਾ ਕੀ ਫਰਜ਼ ਬਣਦਾ ਸੋ ਉਸ ਸੰਬੰਧ ਵਿੱਚ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਆਪਣੇ ਬੱਚਿਆਂ ਦੇ ਨਾਲ ਘਰਾਂ ਵਿੱਚ ਪੰਜਾਬੀ ਵਿੱਚ ਗੱਲਾਂ ਕਰੋ ਟੈਲੀਫੋਨ 'ਤੇ ਕਿਸੇ ਕੰਪਨੀ ਦਾ ਫੋਨ ਆਵੇ ਤਾਂ ਵੀ ਪੰਜਾਬੀ ਵਿੱਚ ਗੱਲ ਕਰੋ ਕਿਸੇ ਚੀਜ਼ ਨੂੰ ਖਰੀਦਣ ਵਾਸਤੇ ਕਿਸੇ ਦੁਕਾਨ 'ਤੇ ਜਾਣਾ ਅਤੇ ਤਾਂ ਵੀ ਪੰਜਾਬੀ ਵਿੱਚ ਗੱਲ ਕਰੋ ਆਪਣੇ ਆਪ ਉਹ ਸਮਝ ਲੈਣਗੇ ਕਿਉਂਕਿ ਇਹਨਾਂ ਲੋਕਾਂ ਨੂੰ ਪੰਜਾਬੀ ਦੀ ਪੂਰੀ ਸਮਝ ਆ ਜਾਂਦੀ ਹੈ ਮਗਰ ਜਾਣ ਬੁੱਝ ਕੇ ਮਚਲੇ ਹੁੰਦੇ ਹਨ ਕਿ ਸਿੱਖ ਜਿਹੜੇ ਹੈ ਉਹ ਹਿੰਦੀ ਬੋਲਣ ਸੋ ਇਸ ਕਰਕੇ ਪ੍ਰਣ ਕਰਨ ਦੀ ਲੋੜ ਹੈ ਕਿ ਆਪਣੀ ਭਾਸ਼ਾ ਨੂੰ ਬਣਦਾ ਮਾਣ ਅਤੇ ਸਨਮਾਨ ਅਸੀਂ ਖੁਦ ਪਹਿਲਾਂ ਦੇਈਏ ਅਤੇ ਜਿਹੜੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਹੇਠਲੇ ਸਕੂਲ ਹਨ ਉਹਨਾਂ ਸਕੂਲਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਅਸੀਂ ਲਾਗੂ ਕਰੀਏ ਅਤੇ ਹੌਲੀ ਹੌਲੀ ਸਾਡਾ ਇਹ ਵਿਰਸਾ ਪ੍ਰਫੁੱਲਤ ਹੋਵੇ ਅਤੇ ਅਸੀਂ ਆਪਣਾ ਫਰਜ਼ ਜਿਹੜਾ ਹੈ ਉਹ ਨਿਭਾ ਕੇ ਪੰਜਾਬੀ ਭਾਸ਼ਾ ਨੂੰ ਜਿਹੜਾ ਉਹਦਾ ਮਾਣ ਅਤੇ ਸਨਮਾਨ ਬਹਾਲ ਕਰ ਸਕੀਏ ਸੋ ਮੈਂ ਰਾਮਪਾਲ ਦੀਆਂ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕਰਦਾ ਹੋਇਆ ਸਿੱਖ ਜਗਤ ਨੂੰ ਸਿੱਖ ਵਿਦਵਾਨਾਂ ਨੂੰ ਅਤੇ ਸਿੱਖ ਲੀਡਰਸ਼ਿਪ ਨੂੰ ਸੁਚੇਤ ਕਰਦਾ ਹਾਂ ਕਿ ਤੁਸੀਂ ਵੀ ਸੁਚੇਤ ਹੋਵੋ ਅਤੇ ਆਪਣੇ ਘਰ ਦੇ ਬਾਹਰ ਨੇਮ ਪਲੇਟਾਂ ਪੰਜਾਬੀ ਵਿੱਚ ਲਿਖਾਓ ਨਾਲ ਅੰਗਰੇਜ਼ੀ ਵਿੱਚ ਵੀ ਲਿਖਵਾ ਲਓ ਚਿੱਠੀ ਪੱਤਰ ਕਰਨ ਦਾ ਰਿਵਾਜ਼ ਖਤਮ ਹੋ ਗਿਆ ਪਰ ਜੇ ਕਿਤੇ ਲੋੜ ਪਵੇ ਤਾਂ ਉਹ ਵੀ ਪੰਜਾਬੀ ਵਿੱਚ ਲਿਖੋ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਹੈ ਉਹ ਆਪਣੇ ਦਫ਼ਤਰਾਂ ਦੇ ਬਾਹਰ ਨੇਮ ਪਲੇਟਾਂ ਪੰਜਾਬੀ ਦੇ ਵਿੱਚ ਲਿਖਾਉਣ ਅਤੇ ਸਾਰਾ ਕੰਮ ਕਾਰ ਪੰਜਾਬੀ ਭਾਸ਼ਾ ਦੇ ਵਿੱਚ ਕੀਤਾ ਜਾਵੇ ਸੋ ਇਹ ਕੁਝ ਅਮਲੀ ਕਦਮ ਹਨ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਭਾਸ਼ਾ ਨੂੰ ਅੱਗੇ ਵਧਾ ਸਕਦੇ ਹਾਂ ਜੀ ਇਹ ਉਹਨਾਂ ਦੇ ਅੰਦਰ ਜਿਹੜੀ ਸਿੱਖੀ ਪ੍ਰਤੀ ਨਫ਼ਰਤ ਹੈ ਇਹਨਾਂ ਗੱਲਾਂ ਤੋਂ ਉਹ ਉਜਾਗਰ ਹੁੰਦੀ ਹੈ ਹਿੰਦੀ ਬਾਰੇ ਆਮ ਲੋਕ ਕੀ ਕਹਿੰਦੇ ਹਨ ਇਹ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਅਨੇਕਾਂ ਸ਼ਬਦ ਐਸੇ ਹਨ ਜਿਨ੍ਹਾਂ ਦਾ ਹਿੰਦੀ ਦੇ ਵਿੱਚ ਜੋੜ ਹੀ ਨਹੀਂ ਹੋ ਸਕਦਾ ਸੋ ਪੰਜਾਬੀ ਬੋਲੀ ਜਿੱਥੇ ਪਰਮਾਤਮਾ ਦੇ ਨਾਲ ਜੋੜਨ ਵਾਲੀ ਇੱਕ ਰੱਬੀ ਬੋਲੀ ਹੈ ਉੱਥੇ ਨਾਲ ਹੀ ਨਾਲ ਇਹ ਮਿੱਠ ਬੋਲੜਾ ਜੀ ਹਰਸੱਜਣ ਸੁਆਮੀ ਮੋਰਾ ਦਾ ਵੀ ਸੰਦੇਸ਼ ਦਿੰਦੀ ਹੈ ਔਰ ਆਪਸੀ ਪਿਆਰ ਮੁਹੱਬਤ ਅਤੇ ਮਾਨਵਵਾਦੀ ਭਾਵਨਾਵਾਂ ਪੈਦਾ ਕਰਨ ਵਾਲੀ ਇਹ ਬੋਲੀ ਹੈ ਮਗਰ ਇਹ ਬੋਲੀ ਬੋਲਣ ਵਾਲੇ ਲੋਕ ਜਿੱਥੇ ਪਿਆਰ ਅਤੇ ਮੁਹੱਬਤ ਦਾ ਸੰਦੇਸ਼ ਦੂਜਿਆਂ ਨੂੰ ਦਿੰਦੇ ਹਨ
ਉੱਥੇ ਨਾਲ ਹੀ ਇਹਨਾਂ ਦੇ ਅੰਦਰ ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਣ ਦਾ ਜਜ਼ਬਾ ਵੀ ਉਸੇ ਤਰ੍ਹਾਂ ਕਾਇਮ ਹੈ। ਸੋ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਜਿਹੜੀਆਂ ਟਿੱਪਣੀਆਂ ਗਲਤ ਕੀਤੀਆਂ ਗਈਆਂ ਨੇ ਉਸ ਦੀ ਨਿਖੇਧੀ ਕਰਨੀ ਬਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।